ਕਿਸਾਨੀ ਅੰਦੋਲਨ ਠੰਡਾ ਪੈਣ ਤੇ ਬਾਰਡਰਾਂ ਤੋਂ ਰੋਕਾਂ ਨੂੰ ਹਟਾਇਆ ਜਾ ਰਿਹਾ। ਇਹਨਾਂ ਰੋਕਾਂ ਦੇ ਨਾਲ ਆਮ ਆਵਾਜਾਈ ਠੱਪ ਹੋਈ ਸੀ, ਜਿਸ ਕਰਕੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ। ਤਾਂ ਹੁਣ ਫੋਰਸਾਂ ਦੇ ਵੱਲੋਂ ਬੈਰੀਕੇਡਾਂ ਨੂੰ ਹਟਾਇਆ ਜਾ ਰਿਹਾ। ਤਸਵੀਰਾਂ ਬਹਾਦਰਗੜ੍ਹ ਟਿੱਕਰੀ ਬਾਰਡਰ ਦੀਆਂ ਨੇ। ਰੋਕਾਂ ਹੋਣ ਦੇ ਚੱਲਦੇ ਦਿੱਲੀ ਰੋਹਤਕ ਨੈਸ਼ਨਲ ਹਾਈਵੇ 'ਤੇ ਹੁਣ ਤੱਕ ਵਾਹਨ ਚਾਲਕਾਂ ਨੂੰ ਦਿੱਲੀ ਆਉਣ ਜਾਣ ਦੇ ਲਈ ਪਰੇਸ਼ਾਨੀ ਆ ਰਹੀ ਸੀ। ਹੁਣ ਬੀਤੀ ਰਾਤ ਬਹਾਦਰਗੜ੍ਹ ਦੇ ਸੈਕਟਰ 9 ਮੋੜ 'ਤੇ ਰਸਤਾ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਕੰਕਰੀਟ ਦੀਆਂ ਮਜ਼ਬੂਤ ਦੀਵਾਰਾਂ ਨੂੰ ਤੋੜਨਾ ਇੰਨਾ ਸੌਖਾ ਨਹੀਂ। ਰਸਤਾ ਖੁੱਲ੍ਹਣ ਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਤਾਂ ਦੱਸ ਦਈਏ ਕਿ ਇਹ ਰੋਕਾਂ ਨੇ ਜਿਹੜੀਆਂ ਕਿਸਾਨਾਂ ਦੇ ਲਈ ਲਗਾਈਆਂ ਗਈਆਂ ਸੀ, ਤਾਂ ਜੋ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਐਂਟਰੀ ਨਾ ਕਰ ਸਕਣ। ਤਾਂ ਕਿਸਾਨੀ ਅੰਦੋਲਨ ਠੰਡਾ ਪਿਆ, 29 ਤਰੀਕ ਤੱਕ ਮੁਲਤਵੀ ਕਰ ਦਿੱਤਾ, ਜਿਸ ਦੇ ਚੱਲਦੇ ਹੁਣ ਟਿੱਕਰੀ ਬਾਰਡਰ ਤੋਂ ਰੋਕਾਂ ਨੂੰ ਹਟਾਇਆ ਜਾ ਰਿਹਾ, ਬੈਰੀਕੇਡਾਂ ਨੂੰ ਹਟਾ ਦਿੱਤਾ ਗਿਆ, ਆਮ ਆਵਾਜਾਈ ਹੈ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਗਈ ਹੈ। ਪਰ ਦੀਵਾਰਾਂ ਜੋ ਕੰਕਰੀਟ ਦੀਆਂ ਸਨ ਉਹਨਾਂ ਨੂੰ ਤੋੜਨਾ ਇੰਨਾ ਸੌਖਾ ਨਹੀਂ, ਉਹਨਾਂ ਨੂੰ ਤੋੜਨ ਦੇ ਯਤਨ ਵੀ ਲਗਾਤਾਰ ਫੋਰਸਾਂ ਦੇ ਵੱਲੋਂ ਕੀਤੇ ਜਾ ਰਹੇ ਨੇ। ਕਿਸਾਨੀ ਅੰਦੋਲਨ ਠੰਡਾ ਪੈਣ 'ਤੇ ਬਾਰਡਰਾਂ ਤੋਂ ਰੋਕਾਂ ਨੂੰ ਹਟਾਇਆ ਜਾ ਰਿਹਾ। ਇਹਨਾਂ ਰੋਕਾਂ ਦੇ ਨਾਲ ਆਮ ਆਵਾਜਾਈ ਠੱਪ ਹੋਈ ਸੀ, ਜਿਸ ਕਰਕੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ। ਤਾਂ ਹੁਣ ਫੋਰਸਾਂ ਦੇ ਵੱਲੋਂ ਬੈਰੀਕੇਡਾਂ ਨੂੰ ਹਟਾਇਆ ਜਾ ਰਿਹਾ। ਤਸਵੀਰਾਂ ਬਹਾਦਰਗੜ੍ਹ ਟਿੱਕਰੀ ਬਾਰਡਰ ਦੀਆਂ ਨੇ। ਰੋਕਾਂ ਹੋਣ ਦੇ ਚੱਲਦੇ ਦਿੱਲੀ ਰੋਹਤਕ ਨੈਸ਼ਨਲ ਹਾਈਵੇ 'ਤੇ ਹੁਣ ਤੱਕ ਵਾਹਨ ਚਾਲਕਾਂ ਨੂੰ ਦਿੱਲੀ ਆਉਣ ਜਾਣ ਦੇ ਲਈ ਪਰੇਸ਼ਾਨੀ ਆ ਰਹੀ ਸੀ। ਹੁਣ ਬੀਤੀ ਰਾਤ ਬਹਾਦਰਗੜ੍ਹ ਦੇ ਸੈਕਟਰ 9 ਮੋੜ 'ਤੇ ਰਸਤਾ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਕੰਕਰੀਟ ਦੀਆਂ ਮਜ਼ਬੂਤ ਦੀਵਾਰਾਂ ਨੂੰ ਤੋੜਨਾ ਇੰਨਾ ਸੌਖਾ ਨਹੀਂ। ਰਸਤਾ ਖੁੱਲ੍ਹਣ ਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਤਾਂ ਦੱਸ ਦਈਏ ਕਿ ਇਹ ਰੋਕਾਂ ਨੇ ਜਿਹੜੀਆਂ ਕਿਸਾਨਾਂ ਦੇ ਲਈ ਲਗਾਈਆਂ ਗਈਆਂ ਸੀ, ਤਾਂ ਜੋ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਐਂਟਰੀ ਨਾ ਕਰ ਸਕਣ। ਤਾਂ ਕਿਸਾਨੀ ਅੰਦੋਲਨ ਠੰਡਾ ਪਿਆ, 29 ਤਰੀਕ ਤੱਕ ਮੁਲਤਵੀ ਕਰ ਦਿੱਤਾ, ਜਿਸ ਦੇ ਚੱਲਦੇ ਹੁਣ ਟਿੱਕਰੀ ਬਾਰਡਰ ਤੋਂ ਰੋਕਾਂ ਨੂੰ ਹਟਾਇਆ ਜਾ ਰਿਹਾ, ਬੈਰੀਕੇਡਾਂ ਨੂੰ ਹਟਾ ਦਿੱਤਾ ਗਿਆ, ਆਮ ਆਵਾਜਾਈ ਹੈ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਗਈ ਹੈ। ਪਰ ਦੀਵਾਰਾਂ ਜੋ ਕੰਕਰੀਟ ਦੀਆਂ ਸਨ ਉਹਨਾਂ ਨੂੰ ਤੋੜਨਾ ਇੰਨਾ ਸੌਖਾ ਨਹੀਂ, ਉਹਨਾਂ ਨੂੰ ਤੋੜਨ ਦੇ ਯਤਨ ਵੀ ਲਗਾਤਾਰ ਫੋਰਸਾਂ ਦੇ ਵੱਲੋਂ ਕੀਤੇ ਜਾ ਰਹੇ ਨੇ। ਕਿਸਾਨੀ ਅੰਦੋਲਨ ਠੰਡਾ ਪੈਣ 'ਤੇ ਬਾਰਡਰਾਂ ਤੋਂ ਰੋਕਾਂ ਨੂੰ ਹਟਾਇਆ ਜਾ ਰਿਹਾ। ਇਹਨਾਂ ਰੋਕਾਂ ਦੇ ਨਾਲ ਆਮ ਆਵਾਜਾਈ ਠੱਪ ਹੋਈ ਸੀ, ਜਿਸ ਕਰਕੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ। ਤਾਂ ਹੁਣ ਫੋਰਸਾਂ ਦੇ ਵੱਲੋਂ ਬੈਰੀਕੇਡਾਂ ਨੂੰ ਹਟਾਇਆ ਜਾ ਰਿਹਾ। ਤਸਵੀਰਾਂ ਬਹਾਦਰਗੜ੍ਹ ਟਿੱਕਰੀ ਬਾਰਡਰ ਦੀਆਂ ਨੇ। ਰੋਕਾਂ ਹੋਣ ਦੇ ਚੱਲਦੇ ਦਿੱਲੀ ਰੋਹਤਕ ਨੈਸ਼ਨਲ ਹਾਈਵੇ 'ਤੇ ਹੁਣ ਤੱਕ ਵਾਹਨ ਚਾਲਕਾਂ ਨੂੰ ਦਿੱਲੀ ਆਉਣ ਜਾਣ ਦੇ ਲਈ ਪਰੇਸ਼ਾਨੀ ਆ ਰਹੀ ਸੀ। ਹੁਣ ਬੀਤੀ ਰਾਤ ਬਹਾਦਰਗੜ੍ਹ ਦੇ ਸੈਕਟਰ 9 ਮੋੜ 'ਤੇ ਰਸਤਾ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਕੰਕਰੀਟ ਦੀਆਂ ਮਜ਼ਬੂਤ ਦੀਵਾਰਾਂ ਨੂੰ ਤੋੜਨਾ ਇੰਨਾ ਸੌਖਾ ਨਹੀਂ। ਰਸਤਾ ਖੁੱਲ੍ਹਣ ਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਤਾਂ ਦੱਸ ਦਈਏ ਕਿ ਇਹ ਰੋਕਾਂ ਨੇ ਜਿਹੜੀਆਂ ਕਿਸਾਨਾਂ ਦੇ ਲਈ ਲਗਾਈਆਂ ਗਈਆਂ ਸੀ, ਤਾਂ ਜੋ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਐਂਟਰੀ ਨਾ ਕਰ ਸਕਣ। ਤਾਂ ਕਿਸਾਨੀ ਅੰਦੋਲਨ ਠੰਡਾ ਪਿਆ, 29 ਤਰੀਕ ਤੱਕ ਮੁਲਤਵੀ ਕਰ ਦਿੱਤਾ, ਜਿਸ ਦੇ ਚੱਲਦੇ ਹੁਣ ਟਿੱਕਰੀ ਬਾਰਡਰ ਤੋਂ ਰੋਕਾਂ ਨੂੰ ਹਟਾਇਆ ਜਾ ਰਿਹਾ, ਬੈਰੀਕੇਡਾਂ ਨੂੰ ਹਟਾ ਦਿੱਤਾ ਗਿਆ, ਆਮ ਆਵਾਜਾਈ ਹੈ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਗਈ ਹੈ। ਪਰ ਦੀਵਾਰਾਂ ਜੋ ਕੰਕਰੀਟ ਦੀਆਂ
ਸਨ ਉਹਨਾਂ ਨੂੰ ਤੋੜਨਾ ਇੰਨਾ ਸੌਖਾ ਨਹੀਂ। ਉਹਨਾਂ ਨੂੰ ਤੋੜਨ ਦੇ ਯਤਨ ਵੀ ਲਗਾਤਾਰ ਫੋਰਸਾਂ ਦੇ ਵੱਲੋਂ ਕੀਤੇ ਜਾ ਰਹੇ ਨੇ।